ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਖੋੜ ਵਧੀਆ ਜਿਹਾ ਵਲੌਗ। ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ, ਅਸੀਂ ਵੀ ਠੀਕ ਹਾਂ। ਰਾਤੀ ਮੰਮੀ ਪਾਪਾ ਦੇ ਕਮਰੇ 'ਚ ਸੁੱਤੇ ਸੀ, ਤੁਸੀਂ ਦੇਖਿਆ ਲਾਸਟ ਵਲੌਗ, ਸਾਡਾ ਏਸੀ ਖਰਾਬ ਹੋ ਗਿਆ ਸੀ ਅਤੇ ਹੁਣ ਸਾਡੇ ਭਾਜੀ ਹੈਗੇ ਆ, ਉਹ ਕੰਮ ਕਰਦੇ ਏਸੀ ਦਾ ਹੀ। ਉਹਨਾਂ ਨੂੰ ਫੋਨ ਕੀਤਾ ਕਿ ਆ ਕੇ ਚੈੱਕ ਕਰੋ ਕੀ ਹੋਇਆ, ਇਹਨੂੰ ਠੀਕ ਕਰਕੇ ਜਾਓ, ਅਤੇ ਟਾਈਮ ਹੋ ਰਿਹਾ ਕੁਛ ਹੈ। ਕਹਿੰਦਾ ਨਾ ਆਪਣੇ ਰੂਮ ਤੋਂ ਇਲਾਵਾ ਕਿਤੇ ਹੋਰ ਨੀਂਦ ਨਹੀਂ ਆਉਂਦੀ। ਮੰਮੀ ਉਹਨਾਂ ਦੇ ਰੂਮ 'ਚ, ਮੈਨੂੰ ਵੀ ਚੱਜ ਨਾਲ ਨੀਂਦ ਨਹੀਂ ਆਈ, ਜੀਤ ਨੂੰ ਹਰਜੀਤ ਦੇ ਰੂਮ 'ਚ ਚੱਜ ਨਾਲ ਨੀਂਦ ਨਹੀਂ ਆਈ, ਅਤੇ ਮੈਂ ਸਵੇਰੇ 8 ਵਜੇ ਉੱਠ ਕੇ, ਸਾਡਾ ਆਂਟੀ ਕੂੜਾ ਲੈਣ ਆਏ ਸੀ ਦੇਰ ਹੋ ਕੇ, 8 ਵਜੇ ਉੱਠ ਕੇ ਮੈਂ ਆਪਣੇ ਰੂਮ 'ਚ ਆ ਕੇ ਸੁੱਤੀ, ਪੱਖਾ ਲਾ ਕੇ, ਤਾਂ ਜਾ ਕੇ ਨੀਂਦ ਆਈ। ਔਰ ਇੰਨੀ ਵਧੀਆ ਨੀਂਦ ਆਈ ਕਿ ਮੈਂ 10:15 ਵਜੇ ਉੱਠੀ। ਗਾਣਾ ਗਾ ਰਹੇ ਚੱਕ ਕਰ ਰਹੀ ਹੈ ਕਿ ਮੈਂ 10:15 ਵਜੇ ਮੇਰੀ ਅੱਖ ਖੁੱਲ੍ਹੀ, ਅਤੇ ਹੁਣ ਬਸ ਫਰੈਸ਼ ਫਰੁਸ਼ ਹੋ ਕੇ ਬ੍ਰਸ਼ ਵਗੈਰਾ ਕਰ ਲਿਆ, ਹੁਣ ਬਣਾਉਣ ਲੱਗੀ ਹਾਂ ਬ੍ਰੇਕਫਾਸਟ। ਮੰਮੀ ਪਾਪਾ ਥੋੜ੍ਹਾ ਬੈਂਕ ਕੰਮ ਗਏ ਆ, ਦੀਦੀ ਦਾ ਕੋਈ ਕੰਮ ਕਰਨਾ ਸੀਗਾ, ਅਤੇ ਬਣਾਵਾਂਗੇ ਅੱਜ ਚਾਵਲ। ਤੁਹਾਡੇ ਕੋਲ ਚਾਵਲ ਬਣਾਏ ਸੀ, ਬਹੁਤ ਸਾਰੇ ਬਚ ਗਿਆ, ਸੋ ਮੰਮੀ ਪਿਆਜ਼ ਵਿੱਚ ਕੱਟ ਕੇ ਗਈ ਆ। ਚਾਵਲ ਪਰੌਂਠੇ ਬਣਾਉਂਦੇ ਹਾਂ, ਬ੍ਰੇਕਫਾਸਟ ਕਰਦੇ ਹਾਂ, ਉਦ ਤੱਕ ਮੰਮੀ ਪਾਪਾ ਆ ਜਾਣਗੇ। ਅਤੇ ਨਾਲ ਸਾਡੀ ਸੁੱਤੀ ਆ ਸਰਤਾਜ ਜੀ, ਜੋ ਹੈ ਇਸ਼ਨਾਨ ਕਰਨ ਗਏ ਨੇ। ਅੱਜ ਵੀ ਬਾਹਰ ਮੌਸਮ ਠੰਡਾ ਆ, ਹੁਣ ਠਹਿਰ ਕੇ ਬਾਹਰ ਨਿਕਲਾਂਗੇ, ਫਿਰ ਮੈਂ ਤੁਹਾਨੂੰ ਮੌਸਮ ਦਿਖਾਵਾਂਗੀ। ਤੁਹਾਡੇ ਉੱਥੇ ਮੌਸਮ ਕਿਵੇਂ ਆ ਤੁਹਾਡੀ ਸਿਟੀ 'ਚ, ਅਤੇ ਮੈਨੂੰ ਕਮੈਂਟ 'ਚ ਦੱਸਿਓ। ਔਨ ਹੋ ਗਈ, ਚਲੋ ਬ੍ਰੇਕਫਾਸਟ ਬਣਾਈਏ। ਲਓ ਜੀ, ਆਪਣਾ ਮਿਕਸਚਰ ਹੋ ਗਿਆ ਰੈਡੀ, ਅਤੇ ਹੁਣ ਸ਼ੁਰੂ ਕਰਦੇ ਹਾਂ ਪਰੌਂਠੇ ਬਣਾਉਣੇ। ਚਮਚ ਗਿਰੀ ਆ, ਦੂਸਰਾ ਲੈ ਲੈਂਦੇ ਹਾਂ। ਆਹ ਸਾਡਾ ਵਾਲਾ ਬੋਕਸ ਵੀ ਨਾ ਸਾਫ਼ ਕਰਨ ਵਾਲਾ ਹੋਇਆ ਹੋਇਆ, ਅੱਜ ਮੈਂ ਟਾਈਮ ਕੱਢ ਕੇ ਇਹਨੂੰ ਵੀ ਸਾਫ਼ ਕਰੂੰਗੀ, ਅਤੇ ਸਮਾਨ ਸਾਰਾ ਤਰੀਕੇ ਨਾਲ ਸਾਂਭ ਕੇ ਰੱਖਾਂਗੇ, ਹੈ ਨਾ, ਕਿਉਂਕਿ ਹੁਣ ਜਿਹੜੇ ਡਰੋਰਸ ਆ ਨਾ, ਮਤਲਬ ਹੁਣ ਕਿਚਨ ਦੀ ਸਫਾਈ ਹੋਣ ਵਾਲੀ ਆ, ਕਿਉਂਕਿ ਲਾਈਟ ਕਲਰ ਆ ਹੋ ਜਾਂਦਾ, ਸੋ ਦੇਖਦੀ ਹਾਂ ਅੱਜ ਕਰਾਂਗੀ। ਅੱਜ ਨਹੀਂ ਕੀਤਾ ਤਾਂ ਫਿਰ ਮੈਂ ਸੰਡੇ 'ਤੇ ਪੱਕਾ ਕਰੂੰਗੀ, ਕਿਉਂਕਿ ਸੰਡੇ ਸਭ ਦੀ ਛੁੱਟੀ ਹੁੰਦੀ ਆ, ਸਭ ਘਰ ਹੁੰਦੇ ਆ, ਸੋ ਜ਼ਿਆਦਾ ਮਤਲਬ ਝਮੇਲਾ ਨਹੀਂ ਹੁੰਦਾ, ਆਰਾਮ ਨਾਲ ਕੰਮ ਕਰਦੇ ਹੋ। ਹੁਣ ਤਾਂ ਜਿੱਦਾਂ ਲੰਚ ਵੀ ਰੈਡੀ ਕਰਨਾ, ਹੋਰ ਵੀ 3600 ਕੰਮ ਕਰਨੇ, ਇਸ ਕਰਕੇ ਬਾਕੀ ਅੱਜ ਮੇਨ ਕੰਮ ਏਸੀ ਠੀਕ ਕਰਾਉਣਾ, ਅਤੇ ਇਹਨੂੰ ਵੀ ਮੈਂ 1-2 ਦਿਨਾਂ 'ਚ ਸਾਰੇ ਡਰੋਰਸ ਕਲੀਨ ਕਰਨੇ ਆ, ਸਭ ਕੁਛ ਸਮਾਨ ਤਰੀਕੇ ਨਾਲ ਟਿਕਾਉਣਾ ਹੈ। ਜਰਨਾਲ ਕੋਲ ਉੱਠ ਕੇ ਆ ਗਈ ਹੈ ਰੋਟੀ ਬਣਾਉਂਦੇ ਹੋਏ। ਮੰਮੀ ਮੰਮੀ, ਮੈਂ ਲੱਡੂ ਉੱਠ ਗਿਆ ਜੀ, ਗੁੱਡ ਮਾਰਨਿੰਗ। ਚਾਚੀ ਕਾਲ ਮੰਮੀ, ਚਾਚੂ ਚਾਚੀ, ਦਾਦੂ ਬੈਂਕ, ਦਾਦੀ ਬੈਂਕ ਗਈ ਆ, ਬੈਂਕ ਗਈ ਆ ਵੀ ਆ ਰਹੀ ਆ, ਆ ਜਾ ਉੱਠਦੇ ਹੀ। ਦਾਦੂ ਦਾਦੀ, ਦਾਦੂ ਦਾਦੀ ਬੈਂਕ ਗਏ ਆ, ਹੁਣੇ ਆ ਰਿਹਾ, ਚਾਚੇ ਕੋਲ ਚਲੀ ਜਾ, ਅੰਦਰ ਚਾਚਾ ਹੈ। ਹਰਜੀ ਆਈ ਤੁਹਾਡੇ ਕੋਲ, ਬੈਂਕ ਗਏ ਆ, ਹੁਣੇ ਆ ਰਿਹਾ, ਜਮਾ ਕਰਾਨ ਗਿਆ, ਆ ਰਿਹਾ ਹੁਣ, ਆ ਰਿਹਾ। ਚਾਚੇ ਕੋਲ ਚਲ ਜਾ, ਜਾ ਚਲੋ ਆ, ਮੈਂ ਰੋਟੀ ਬਣਾ ਰਹੀ ਆ ਚਾਚੇ ਲਈ, ਠੀਕ ਹੈ, ਜਾ ਚਾਚੇ ਕੋਲ ਚਲ ਜਾ। ਦੇਖ ਰਹੇ ਦਾਦੀ ਦਾਦੀ ਨਾਲ ਪਿਆਰ ਉੱਠਦੇ, ਦਾਦੀ ਦਾਦੀ ਕਿੱਥੇ ਆ, ਮੈਂ ਨਾ ਜਾਣਾ ਸੀ ਕਦੀ। ਔਰ ਮੰਮੀ ਗੁੱਡ ਮਾਰਨਿੰਗ, ਮੰਮੀ ਬੈਂਕ ਤੋਂ ਆ ਗਈ ਹੈ, ਆ ਨਹੀਂ ਤਾਂ ਵੈਸੇ ਮੰਮੀ ਨੂੰ ਬੜੀ ਦੇਰ ਹੋ ਗਈ, ਆਪਾਂ ਰੋਟੀ ਰੋਟੀ ਖਾ ਰਹੇ ਸੀਗੇ, ਫਿਰ ਦੀਦੀ ਆ ਗਏ ਸੀ ਚੜ ਪੱਕਾ ਕਰਨ, ਉਹ ਕਰਨ ਲੱਗ ਗਏ। ਹੁਣ ਬ੍ਰੇਕਫਾਸਟ ਹੋ ਗਿਆ ਆ, ਕਿਚਨ ਆਪਣੀ ਕਲੀਨ, ਮੰਮੀ ਨੇ ਨਾ ਅੰਬੀਆਂ ਕੱਟ ਕੇ ਰੱਖੀਆਂ, ਅਤੇ ਮੰਮੀ ਜਦੋਂ ਜਦੋਂ ਅੰਬੀਆਂ ਲਿਆਉਂਦੀਆਂ ਨਾ, ਮਤਲਬ ਅਸੀਂ ਮਲਾਂਜੀ ਬਣਾਉਣੀ ਆ, ਉਦੋਂ ਉਦੋਂ ਮੌਸਮ ਠੰਡਾ ਹੋ ਜਾਂਦਾ ਹੈ। ਪਿਛਲੀ ਵਾਰ ਵੀ ਮੰਮੀ ਲੈ ਕੇ ਆਈ, ਫਿਰ ਅੱਖ 'ਚ ਨਾ ਪਵਾ ਲਈ ਮੇਰੀ ਮਾਂ, ਪਿਛਲੀ ਵਾਰ ਵੀ ਮੰਮੀ ਮਲਾਂਜੀਆਂ ਲੈ ਕੇ ਆਈ ਅਤੇ ਮੌਸਮ ਠੰਡਾ ਹੋ ਗਿਆ ਸੀ, ਐਤਕੀ ਫਿਰ ਲੈ ਕੇ ਆਈ ਹੈ, ਐਤਕੀ ਫਿਰ ਬਾਰਿਸ਼ ਹੋ ਗਿਆ, ਮੌਸਮ ਠੰਡਾ ਹੋ ਗਿਆ, ਪਰ ਅਸੀਂ ਹੁਣ ਅੱਜ ਕੱਲ੍ਹ 'ਚ ਬਣਾ ਲਾਂਗੇ। ਅਤੇ ਮੰਮੀ ਨੇ ਨਾ ਥੋੜ੍ਹਾ ਕੱਚਾ ਕੱਚਾ ਅੰਬ ਦਾ ਅਚਾਰ ਪਾਉਣ ਲਈ ਅੰਬੀਆਂ ਕੱਟ ਕੇ ਰੱਖੀਆਂ, ਇਹਦਾ ਮੰਮੀ ਥੋੜ੍ਹਾ ਜਿਹਾ ਕੱਚਾ ਜਿਹਾ ਅੰਬੀਆਂ ਦਾ ਅਚਾਰ ਪਾਊਗੀ, ਅੰਬ ਦਾ, ਹੈ ਨਾ, ਉਹ ਖਾਵਾਂਗੇ, ਬਾਕੀ ਬਣਾਵਾਂਗੇ। ਕੀ ਕਰਨਾ ਫਿਰ ਤੁਸੀਂ ਅਚਾਰ? ਹਾਂ ਵੈਸੇ ਨਹੀਂ ਪਾਉਣਾ, ਵੈਸੇ ਤੋਂ ਐਡਾ ਵੱਡਾ ਡੱਬਾ ਭਰਿਆ ਹੋਇਆ ਸਾਡਾ, ਪਿਛਲੇ ਸਾਲ ਪਾਇਆ ਸੀ ਨਾ, ਹੋਏ ਤਾਂ ਹਜੇ 1 ਸਾਲ ਹੋਰ ਆਰਾਮ ਨਾਲ ਨਿਕਲ ਜਾਏਗਾ ਉਹ ਚਾਰ, ਬਟ ਇਹਦਾ ਕੱਚਾ ਕੱਚਾ ਪਾਉਣਾ। ਅਤੇ ਬਾਕੀ ਦੁਪਹਿਰ ਲਈ ਆਪਾਂ ਰੱਖਤੀ ਹੈ ਦਾਲ ਉੱਤੇ, ਕੁੱਕਰ 'ਚ ਦਾਲ ਬਣਾਵਾਂਗੇ, ਅਤੇ ਫਿਰ ਅੱਧੀ ਰਾਤ ਦੇਖ ਲਾਂਗੇ। ਬਿਨਾਂ ਬਿਨਾਂ ਟਮਾਟਰ ਵਾਲੀ ਸਬਜ਼ੀਆਂ ਬਣਾਉਣੀਆਂ, ਟਮਾਟਰ ਬੜੇ ਮਹਿੰਗੇ ਆ,
वह सब्जियां बनानी है जिस टमाटर ना पे, दाल से तो एक टमाटर बनता तड़के पा देंगे। तो बाहर मौसम फिर अज बारिश वाला हो गया, कपड़े कुपड़े लाने हैं, हजे सुके नहीं है क्योंकि धुप निकली नहीं सी, पर मौसम वधिया आया है ना, कुछ पता नहीं हुणे बारिश आ जाए कुछ पता नहीं शामी आए। बिल्ली आई छादी घर, मैनू कहंदी मैनू माऊ बना, एक उपर हो गई एक थोड़ी जी टेढ़ी हो गई, कोई गल छादे घर आया माऊ बना, ना के तैयार हो गई भाई। पैसे पा ले जेब च, हां पैसे पाए जेब च, पता नहीं कित्थे चले गए, 10,000 रुपए मिले सी इन्हू पापा की जेब चो गिरे, मैं चक ले, मैं कहा मैं चीजी कहूंगी इन्हें ले ले मेरे तो, रुस गई सी फिर मैं देते, कहती मेरी जेब नहीं है, मैं उन्हें ना आखने तेन जेब वाली निकल पावे उस पा लिया, उन्होंने जेब वाली निकल पाई आ, पता नहीं लेने की होया हूं, फिर उत्थे जाके बह गई की होया। अरनास कौर ने सारिया रबड़ा खिलाड़ियां सगिया, हूँ सारिया पैक करके आई हाँ, कपड़े सुकने पा के आई हाँ, तो उत्ते दाल रखी सी सीटियां लग गई हैं, सो हूँ कर लें तड़के की तैयारी। पर सब तो पहले कपड़े तैर लगा के मैं बैड अपना क्लीयर कर दा, मैं सही किया सीगा, फिर अनाज इन्नी जी चादर खिलार गई है, सो ए ला के पहले यह कम नबेड़ लिए फिर तड़का लावे। देखो मैं तड़का कट रही थी, सारा टमाटर हो गई सारा टमाटर फिनिश कर गई, हौली 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 जिदा माऊ नहीं ठूंगा मार दी उदा ठूंगा मार दी मार दी मार दी सारा टमाटर तो काला मैं होर कट दाँगी, कोई गल नहीं कोई गल नहीं, भावे 160 रुपये किलो है कोई गल नहीं, तेरे लिए एक टमाटर कुर्बान अरनास कौर होर खाना है, है? अच्छा दे दाँगे, हाँ लो जी अरनास कौर ने एक होर टमाटर खाना ला खा ला, हाँ ठंडा ठंडा खा ला, तो हम मैं एक होर टमाटर कट लवा, अरनास टमाटर पसंद है टमाटर खाने अरनास, मैं तड़के लिए कट लवा, चलो जी कट लिया हूँ तड़का ला लिए, देखो डांस शुरू हो गया इतने तेरा पलाओ जे माओ तू केक कटेगी, तू और दादी केक कटे हो ठीक है, हे पापा हैप्पी बर्थडे टू टू हैप्पी बर्थडे टू, तुसी अन्ने होए सी ते मामी अन्ने होए सी, नहीं भाई सही गल नहीं, मेरी सास बचाई कल मम्मी दा, मम्मी कितने साल दी दोगे, मामा 108 साल, मम्मी कहंदी मैं 108 साल और जंदे 108 ब्रह्म चा की कहंदे हुंदे ब्रह्म ज्ञानी ब्रह्म ज्ञानन परमजीत कौर ओदे को लाइट ऑन करते हो रिमोट भी बंद कर लाइट इथे ही बंद होएगी 108 महापुरुष, हां मम्मी कहंदी मैं नहीं दसना मैं कितने साल दी होगी, कोई लेडी भी होगी, मैनू कोई कहंदा हुंदा ना जदों कोई महापुरुष, मैं कह ना भाजी मैं कहदा मैं कल्ला पुरुष रह गया, कहंदा क्यों, मैं कह ना मेरी मां ना मेरा प्यो, मेरी मां उड गई है महापुरुष कहंदे है मैं ब्रश रह गया पुरुष उड गया तो मम्मी तुसी की होए फिर ना पुरुष नहीं बुरश नहीं होए आप वो ब्रश तो बुरश नहीं केड़े वाला टॉयलेट साफ करने वाला या दूसरा, मेरे वाली तो सब कुछ है यार, पोछ रहे हैं यार अपनी वाली तो सब अपनी वाली पोछ नहीं आप क्या है, हेलो बुरश नहीं आप क्या है, और मैं पोछ लिया केड़ा, तेरा हैप्पी बर्थडे मेरी माँ, हाँ तेरा ही हैप्पी बर्थडे, दादी का है कल, कल दादी का है हैप्पी बर्थडे, है हाँ तेरा तेरा, तू कट ली केक ठीक है, मैं इतने खान लगी सी रोटी बट एसी वाले पाजी आ गए हैं, असि दूजे पाजी बुलाए है ना कि ठीक कर दो, पता अपना कि अगर जेड़े अपने रिलेशन वाले पाजी अगर वो अगर अजनबी भी कराते उत्थे सो जाते कोई दिक्कत नहीं सी, लेकिन 1% कोई आ जाए तो दिक्कत होंगी, हूँ पाजी उपर जो मेन होंगे गोल जो आप छाते रखी दा कहें पता नहीं
ਉਹ ਦੇਖਣ ਗਿਆ ਤਾਂ ਹੁਣ ਇਹਨੇ ਕੂਲਿੰਗ ਕਰਨੀ ਸ਼ੁਰੂ ਕੀਤੀ ਹੈ। ਪਾਪਾ ਦਾ ਫੋਨ ਆਇਆ ਕਿ ਚੱਕ ਕਰ ਕੂਲਿੰਗ ਕਰ ਰਿਹਾ, ਸੋ ਕੂਲਿੰਗ ਹੈ ਕਰ ਰਿਹਾ। ਹੁਣ ਕੀ ਦਿੱਕਤ ਸੀ ਹੁਣ ਭਾਅ ਜੀ ਆ ਕੇ ਦੱਸਣਗੇ, ਬਸ ਮੇਨ ਸਿੱਖੇਗਾ ਕਿ ਇਹਨੂੰ ਠੀਕ ਕਰਾ ਲਈਏ। ਵੈਸੇ ਏਸੀ ਨੂੰ ਕੋਈ ਦਿੱਕਤ ਨਹੀਂ ਹੈਗੀ, ਸਭ ਠੀਕ ਹੈ। ਸਾਨੂੰ ਲੱਗਾ ਸੀ ਕਿ ਸ਼ਾਇਦ ਗੈਸ ਵਗੈਰਾ ਖਤਮ ਹੋ ਗਈ ਹੋਵੇ, ਇੱਦਾਂ ਕਰਕੇ ਕੁਛ। ਹੁਣ ਭਾਅ ਜੀ ਦੱਸਣਗੇ ਆ ਕੇ। ਆਹ ਦੇਖੋ ਇਹਦਾ ਜਿੱਥੇ ਦਿਲ ਕਰਦਾ ਕਦੀ ਜੀ ਦਾਦੀ ਦਾ ਲੱਗ ਜਾਏਗੀ, ਕਈ ਜੀਤ ਦੇ ਮੋਢੇ ਤੇ ਚੜ ਕੇ ਬਹਿ ਜਾਂਦੀ, ਅੱਜ ਮੰਮੀ ਦੇ ਮੋਢੇ ਤੇ ਚੜ ਕੇ ਬਹਿ। ਇਹ ਦਾਦੀ ਦਾ ਕੱਲ ਬਰਥਡੇ, ਇਹ ਬਰਥਡੇ ਮਨਾਉਣ ਜੋਗਾ ਤੇ ਛੱਡ ਦੇ, ਆਹ ਕੇਕ ਕੱਟਣ ਜੋਗਾ ਛੱਡ ਦਾਦੀ ਨੂੰ। ਕੇਕ ਕੱਟਣ ਜੋਗਾ ਤੇ ਛੱਡ ਦੇ ਉਹਨਾਂ ਨੂੰ, ਕੇਕ ਕੱਟਣਾ ਉਹਨਾਂ ਨੇ। ਦਾਦੀ ਦਾ ਤੇਰਾ ਨੀ ਆ ਦਾਦੀ। ਲੋ ਬਈ ਸਾਡਾ ਏਸੀ ਤਾਂ ਹੋ ਗਿਆ ਇਕਦਮ ਫਸਟ ਕਲਾਸ, ਮਸਤ ਠੰਡੀ ਠੰਡੀ ਹਵਾ ਸੁੱਟ ਰਿਹਾ। ਹੁਣ ਤੇ ਅਸੀਂ ਤਿਆਰ ਸ਼ਿਆਰ ਹੋ ਗਏ ਆ ਤੇ ਹੁਣ ਪਾਪਾ ਇੱਥੇ ਬੈਠੇ ਨਾਲ। ਦੇਖੋ ਫਿਰ ਸਾਰਾ ਖਾਲੀ ਕਰਕੇ ਰੋ ਟੋਏ ਥੱਲੇ ਤੇ ਹੁਣ ਵੱਜ ਗਿਆ 6, ਇਟਸ ਟਾਈਮ ਟੂ ਡੂ ਐਕਸਰਸਾਈਜ਼। ਹੁਣ ਉਹ ਕਰਾਂਗੇ, ਤੂੰ ਕਿੱਥੇ ਚੜ ਕੇ ਬੈਠੀ ਨੀ, ਹੋ ਚੱਕੂ ਹੈਂਡ ਪੇ ਲੱਗ ਜਾਏਗਾ, ਥੱਲੇ ਉਤਰ ਚੱਲ ਚੱਲ ਐਕਸਰਸਾਈਜ਼ ਕਰਾਂਗੇ ਆ ਜਾ। ਹਾਂਜੀ ਯਾਰ, ਫਿਰ ਲਾਸਟ ਕਲਿੱਪ ਤੋਂ ਬਾਅਦ ਨਾ ਆਪਾਂ ਐਕਸਰਸਾਈਜ਼ ਵਗੈਰਾ ਕੀਤੀ, ਉਸ ਤੋਂ ਬਾਅਦ ਆਪਾਂ ਸਭ ਡਿਨਰ ਵਗੈਰਾ ਰੈਡੀ ਕੀਤਾ। ਕਰਦੇ ਕਰਦੇ ਸਾਨੂੰ 8 ਵੱਜ ਗਏ ਸੀ, 8 ਵਜੇ ਮੈਂ ਫ੍ਰੀ ਹੋ ਗਈ ਸੀ। ਇਸ ਟਾਈਮ ਵੱਜਿਆ 8:35 ਹੋ ਰਿਹਾ ਅਤੇ ਮੈਂ ਜੀਤ ਨੂੰ ਫੋਨ ਕੀਤਾ ਸੀਗਾ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਆ ਕੱਲ੍ਹ ਮੰਮੀ ਦਾ ਬਰਥਡੇ ਆ, 12 ਵਜੇ ਰਾਤ ਦੇ ਮੰਮੀ ਦਾ ਬਰਥਡੇ ਸਟਾਰਟ ਹੋ ਜਾਊਗਾ। ਸੋ ਅਜੇ ਕੋਈ ਤਿਆਰੀ ਨਹੀਂ ਕੀਤੀ ਉਹਨਾਂ ਦੇ ਬਰਥਡੇ ਦੀ, ਰਾਤੀ ਕੱਟਣ ਲਈ ਕੇਕ ਵੀ ਨਹੀਂ ਲੈ ਕੇ ਆਏ ਅਜੇ। ਸੋ ਪਤਾ ਨਹੀਂ ਹੁਣ ਜੀਤ ਕਦ ਤੱਕ ਆਉਂਦੇ ਆ, ਆਉਣਗੇ ਤਾਂ ਚੱਕ ਕੇ ਕੁਛ ਤਿਆਰੀ ਹੋ ਸਕਦੀ ਆ। ਅਤੇ ਗਿਫਟ ਵੀ ਹਜੇ ਕੁਛ ਨਹੀਂ ਸੋਚਿਆ ਮੰਮੀ ਨੂੰ ਕੀ ਦੇਣਾ ਆ, ਬਿਲਕੁਲ ਕੰਮਾਂ ਕਾਰਾਂ 'ਚ ਜੀਤ ਇੰਨੇ ਰੁੱਝੇ ਹੋਏ ਆ, ਔਰ ਆਪਾਂ ਨੂੰ ਵੀ ਨਹੀਂ ਟਾਈਮ ਲੱਗ ਰਿਹਾ ਹੈ ਨਾ। ਮੰਮੀ ਸਾਰਾ ਦਿਨ ਘਰ ਹੁੰਦੀ ਆ, ਘਰ ਵੀ ਮੈਂ ਕੁਛ ਨਹੀਂ ਕਰਾ ਸਕਦੀ ਸਪੈਸ਼ਲ ਉਹਨਾਂ ਲਈ, ਤੁਸੀਂ ਸਮਝ ਸਕਦੇ ਹੋ ਹੈ ਨਾ। ਅਤੇ ਪਤਾ ਨਹੀਂ ਹੁਣ ਕੀ ਪਲਾਨ ਹੁੰਦਾ ਆ ਦੇਖਦੇ ਹਾਂ, ਪਰ ਸਭ ਤੋਂ ਪਹਿਲੇ ਹੁਣੇ ਜਾਵਾਂਗੇ ਰਾਤ 'ਤੇ ਕੇਕ ਕਟਿੰਗ ਲਈ, ਕੁਛ ਨਾ ਕੁਛ ਬੰਦੋਬਸਤ ਕਰਕੇ ਆਵਾਂਗੇ ਹੈ ਨਾ। ਡਰ ਗਿਆ ਹੁਣ ਤਾਂ, ਉੱਤੇ ਚਲਾ ਗਿਆ ਹੁਣ, ਉੱਤੇ ਚਲਾ ਗਿਆ। ਅਤੇ ਸਵਾ ਨੂੰ ਹੋ ਗਿਆ ਰਾਤ ਦੇ, ਹੁਣ ਆਪਾਂ ਚੱਲਿਆ ਮੰਮੀ ਨਾਲ ਕੇਕ ਲੈਣ, ਮੰਮੀ ਲਈ ਕੇਕ ਲੈਣ। ਇੱਕ ਆਪਾਂ ਚੀਜ਼ ਚੇਂਜ ਕਰਾਉਣੀ ਸੀ, ਉਹ ਵੀ ਲੈ ਕੇ ਚੱਲਿਆ, ਖਾਣ ਦੀ ਚੀਜ਼ ਆ ਚੇਂਜ ਕਰਾਉਣੀ ਆ। ਅਤੇ ਕੇਕ ਬਿਲਕੁਲ ਛੋਟਾ ਜਿਹਾ ਲੈ ਕੇ ਆਵਾਂਗੇ ਕਿਉਂਕਿ ਕੱਲ੍ਹ ਵੀ ਕੇਕ ਕੱਟਾਂਗੇ, ਫਿਰ ਕੱਲ੍ਹ ਵਾਲਾ ਕੇਕ ਦੇਖਾਂਗੇ ਕਿੱਦਾਂ ਦਾ ਹੋਣਾ। ਹੁਣ ਅਜੇ ਬਿਲਕੁਲ ਛੋਟਾ ਜਿਹਾ ਲੈ ਕੇ ਆਵਾਂਗੇ। ਸੋ ਆਪਾਂ ਚੱਲਿਆ ਕੁੱਕੂ ਦੇ, ਬਸ ਅੱਜ ਫਾਟਕ ਨਹੀਂ ਬੰਦ ਮਿਲਣਾ ਚਾਹੀਦਾ, ਖੁੱਲ੍ਹਾ ਮਿਲਣਾ ਚਾਹੀਦਾ। ਅਰੇ ਸਾਈਡ ਹੋਇਆ ਗੱਡੀ ਆ ਰਹੀ ਆ। ਲਓ ਜੀ ਫਾਈਨਲੀ ਹੋਏ ਕਿੱਥੇ ਆ, ਆ ਰਿਹਾ ਕੁੱਕੂ ਬੇਕਰੀ, ਕੇਕ ਲੈਣ ਆ ਗਏ ਆ। ਚਲੋ 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 ਚਲੋ, ਮੂੰਹ ਤਾਂ ਮਾਰਿਆ ਦਰਵਾਜ਼ਾ। ਸਤਿ ਸ਼੍ਰੀ ਅਕਾਲ ਬਾਜੀ, ਕੈਸੇ ਹੋ? ਵਧੀਆ, ਬਹੁਤ ਦੇਖ ਰਹੇ ਹਾਂ, ਤੁਸੀਂ ਵੀ ਨਾਲ ਨਾਲ ਲੱਗੇ ਹੋ। ਕਦੀ 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 ਰਲਾਣਾ ਪੈਂਦਾ। ਕੀ ਖਾਓਗੇ? ਬਟਰ ਟੋਫੀ ਕੌਣ ਸੀ ਲਾਓਗੇ? ਛੋਟੀਆਂ ਵਾਲੀ ਦੇ ਦੋ ਇਹਨੂੰ। ਇਹ ਫਰੂਟ ਡੈਜ਼ਰਟ ਹੈ, ਪੈਟੀ ਖਾਈ ਅਸੀਂ, ਸਾਨੂੰ ਬੜੀ ਤੇਜ਼ ਭੁੱਖ ਲੱਗੀ ਹੋਈ ਸੀ। ਇੱਕ ਪੈਟੀ ਮੈਂ ਖਾਈ, ਇੱਕ ਪੈਟੀ ਜੀਤ ਨੇ ਖਾਈ। ਖਰਚਾ ਥੋੜਾ ਜਿਹਾ ਕਰਨ ਆਉਂਦਿਆਂ ਹੋ ਜਾਂਦਾ ਜਾਂਦਾ। ਖਾ ਕੇ ਕਿੱਥੇ ਅੱਗੇ ਰੱਖ ਲਓ ਨਾ, ਖਰਾਬ ਨਾ ਹੋ ਜਾਏ। ਐ ਮੈਨੂੰ ਦੇ ਦਿਓ ਭਾਈ, ਸਾਡੀ ਰੀਲਾਂ ਵੇਖਦੇ ਨੇ ਫੁੱਲ। ਹਾਂ ਰੀਲ ਆ ਦੇਖਦੇ ਨੇ, ਕਹਿੰਦੇ ਦੰਦ ਕੱਟ ਲੈ। ਮੈਂ ਕਿਹਾ ਇਹਨਾਂ ਨੂੰ ਕੀ ਹੋ ਗਿਆ? ਐ ਵੀ ਆਂਦੋ ਯਾਰ, ਰਾਜ ਨੇ ਚੱਕ ਲਿਆ ਹੈ, ਕਹਿੰਦੇ ਮੈਂ ਖਾਣਾ ਹੈ। ਚਲੋ ਚਲੀਏ, ਦੇਖੋ ਕਿੰਨੀ ਸਟਰਗਲ ਕਰਕੇ ਚੜ੍ਹਦੀ ਮੰਮੀ ਇੱਥੇ ਛੱਡ ਗਈ, ਕਹਿੰਦੀ ਬਾਏ। ਮੈਂ ਮੰਮੀ ਨੂੰ ਇੱਥੇ ਛੱਡ ਕੇ ਜਾ ਰਹੀ ਆ। ਚੱਲ ਖੜੀਓ, ਬਾਏ ਨੀ ਮੰਮੀ ਨੇ ਬਾਣਾ ਹੈ। ਚੱਲ ਜਲਦੀ ਖੜੀ ਹੋ, ਬੈਠਣਾ ਮੰਮੀ ਨੂੰ ਇੱਥੇ ਨੀ ਛੱਡ ਗਏ, ਮੰਮੀ ਨੇ ਵੀ ਬਾਣਾ ਕਹਿੰਦੀ ਬਾਏ। ਐ ਵੇਖੋ ਬਈ, ਅਨਾਸ ਕੋਰ ਖਾ ਲਈਏ ਤੇ ਬਗੈਰ ਜੈਲੀ, ਤੇ ਮੈਂ ਇਹਦੀ ਇੱਕ ਜੈਲੀ ਦੀ ਬਾਈਟ ਖਾਧੀ। ਐਵੇਂ ਮੇਰੇ ਵੱਲ ਵੇਖਿਆ ਇਹਨੇ, ਹੁਣ ਦੇਖੋ ਬੈਗ ਹੀ ਉੱਤੇ ਫਟਾਫਟ, ਪਾਪਾ ਉਹਨਾਂ ਖਾ ਲਵੇ। ਕੀ ਬੋਲ ਰਹੀ ਸੀ ਮੈਨੂੰ ਹੁਣੇ ਤੂੰ?
ਉਹਨਾਂ ਖਾਵਾ ਕੀ ਕਹਿ ਰਹੀ ਆ ਕੀ ਕਹਿ ਰਹੀ ਸੀ ਹੁਣੇ ਨਹੀਂ ਨਹੀਂ ਬੋਲੀ ਵੀ ਸੀ ਔਰ ਖਾ ਲਾ ਹੈ ਮੈਂ ਖਾ ਲਾ ਕਿਉਂ ਇਹ ਕਿਉਂ ਅੱਛਾ ਕਹਿ ਰਹੀ ਹੈ ਬਿਊਟੀਫੁਲ ਬਾਈ ਪੁੱਚੀ ਬੋਲ ਚਲ ਥੈਂਕ ਯੂ ਵੀ ਬੋਲ ਦੇ ਬੋਲਣਾ ਸਿੱਖਿਆ ਨੇ ਥੈਂਕ ਯੂ ਵੀ ਬੋਲ ਦੇ ਥੈਂਕ ਯੂ ਜੈਲੀ ਸਵਾਦ ਹੈ ਸਾਢੇ 11 ਹੋ ਗਏ ਆ ਅੱਧਾ ਘੰਟਾ ਪਿਆ ਕੇਕ ਕੱਟ ਕਰਾਈਏ ਤੇ ਸੋਈਏ ਸੱਚੀ ਮੇਰਾ ਦਿਲ ਕਰ ਰਿਹਾ ਮੈਂ ਹੁਣੇ ਹੀ ਸੋ ਜਾਵਾਂ ਲੇਕਿਨ ਅਜੇ ਕੇਕ ਹੈਪੀ ਬਰਥਡੇ ਹੁਣੇ 12 ਵਜੇ ਨਾ ਫੇਰ ਕਰਾਂਗੇ फिर असीं रोला रप्पा नहीं पा सकते शांति पूर्वक केक कटना पेगा चलो ਇਹਦੇ ਤੇ ਕੈਂਡਲ ਵੀ ਤੇ ਲਿੱਤੀ ਸੀ ਹੈ ਕਾਇ ਮੰਮੀ ਦਾ ਬਰਥਡੇ ਕੇਕ ਤੇ 10 ਮਿੰਟ ਪਏ ਆਪਾਂ ਕੱਟ ਲੈਣੇ ਆ ਹੈ ਨਾ ਮਾਚਸ ਚਲੇ ਚਲੋ ਦਿਖਾਓ ਕੇਕ ਦਿਖਾਓ ਚਲੋ ਚੈੱਕ ਕਰੋ ਅੱਜ ਅਸੀਂ ਫੈਮਿਲੀ ਕੇਕ ਨਹੀਂ ਲਿਆਏ ਚਾਕਲੇਟ ਵਾਲਾ ਭਾਈ ਉਹ ਜਿਹੜਾ ਹਰਜੀ ਹਰਜੀ मेरी एंट्री वो एक फोन और उनको इसको दो रील बनाएगा अपने फोन से बना लेगा चले वन टू हैप्पी बर्थडे टू यू हैप्पी बर्थडे टू यू हैप्पी बर्थडे हैप्पी बर्थडे टू यू जप्पी पा के दादी नूं हैप्पी बर्थडे बोलो बेटा ऐसे बोलो ऐसे बोलो हैप्पी बर्थडे मेरे दादे की मशूक चल जप्पी पा के बोल ओए ओए चलो भाई कटो दादी को भैया फटाफट चौंकड़ी जाके सेंटर च लगाना कहां टूट लो जी हुन मम्मी इथे कटेगी अपना केक ते मम्मी ने एक शॉट ला लो ना कैंडल जल दे दा बस फिर मेनू फोन दे देना मैं शॉट मारने दा दादू केदा बर्थडे है दादी दा चलो भाई हुन इथे लग लगे कहले दादी गोदी में बैठ जा फटाफट अच्छा 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 चलो भाई चल जाएगा बस चलो कटो भाई कटो चलो भाई क्लैपिंग करो भाई ठोको ताली हैप्पी बर्थडे टू यू डैडी ने प्यार ना सुरीली आवाज बोल रहे ਹਲਾ ਤੂੰ ਵੀ ਕਰ ਲਾ ਮੰਮੀ ਦੇ ਮੂੰਹ ਚ ਪਾ ਦੇ ਲਓ ਜੀ ਦੀਦੀ ਦਾ ਫੋਨ ਹਲਾ ਚਮਚ ਲਿਆ ਤੰਦੀ ਹੈ ਨਾ ਉੱਥੇ ਬੈ ਕੇ ਉਹਨੂੰ ਚੀਜ਼ੀਆਂ ਦਿਖਾਉਂਦੀ ਆ ਉਧਰ ਦੀ ਤੇ ਉਹ ਆਈਟਮ ਇੱਧਰ ਮੰਗਦੀ ਆ ਚੈਰੀ ਖਾ ਕੇ ਉਖੜ ਚੈਰੀ ਚੱਕ ਕੇ ਰਗੜ ਵੀ ਗਿਆ ਨਾ ਇਹ ਕੋ ਦੇਖ ਤੇ ਹਾਂ ਹਾਂ ਇਹ ਵੀਡੀਓ ਚ ਐ ਮੇ ਕੋ ਮੰਮੀ ਡਰੀ ਉਹ ਟਾਵਲ ਨਾਲ ਚਾਦਰ ਸਾਫ ਕਰ ਦੇ ਚਲੋ ਪਹਿਲੇ ਮੰਮੀ ਕੋ ਖਾਓ ਚਲੋ ਪ੍ਰੀਏ ਪਤੀ ਦੇਵ ਜੀ अपनी घर पत्नी को अच्छा घर पत्नी कह रहा है घर पत्नी नहीं धर्म पत्नी घर पत्नी घर पत्नी घर पत्नी को अपने खिलाओ मैं मम्मी को और हेल्दी चीज खिलाऊंगा ओहो चाहिए दिस इज केक एंड मम्मी का बूता कॉलिंग
ਮੰਮੀ ਬੂ ਖੋਲਿੰਗ ਓਏ ਹਾਏ ਹਾਏ ਐ ਵੀ ਮੰਮੀ ਕਨ ਖਾ ਜਾਂਦੇ ਬੂਤਾ ਖੋਲਿੰਗ ਐ ਚਮਚ ਪੂਰਾ ਅੰਦਰ ਜਾਈ ਐ ਮੰਮੀ ਕੇਕ ਖਾਈ ਥੈਂਕ ਯੂ ਮੰਮੀ ਗਿਫਟ ਕੀ ਲੈਣਾ ਚਲੋ ਆਪ ਹੀ ਖਿਲਾਓ ਸੂਟ ਨਹੀਂ ਮੰਮੀ ਨੇ ਸੂਟ ਨਹੀਂ ਕਹਿੰਦੇ ਹੁੰਦੇ ਨੇ ਬਾਅਦ ਚ ਡਿਮਾਂਡ ਰੱਖ ਦਿੰਦੇ ਨੇ ਕੈਮਰੇ ਤੋਂ ਬਾਅਦ ਇੱਕ ਸੂਟ ਲੈਣ ਜਾਂਦੇ ਆ ਨਾ ਅਰਜੀ ਤਿੰਨ ਲੈਂਦੇ ਆ ਨਾ मेरे भी लगाओ खुश होगी चलो हम खाइए पिए दोबारा जीत की ड्यूटी लगेगी डराने की बाबा बन के फिर अद्धा घंटा लाएगी सोनू क्योंकि सवेर दी उठी हुई आ ते सो जाएगी ते बाकी इत्थे ब्लॉग एंड कर दिया बर्थडे स्टार्ट हो गया या कल आपां की करांगे ओ तुसीं कल वाले ब्लॉग नाल जुड़े रहना ठीक है तो चैनल नू कर लियो सबसक्राइब वीडियो नू करियो लाइक कमेंट शेयर तो मम्मी लिए ढेर कमेंट बॉक्स भर दो ढेर सारी विशेज दियो ब्लैसिंग्स दियो मम्मी साड़ी दियां लंबियां उमरां होण वाहिगुरु तंदुरुस्ती बख्शो और इदां ही रखियो उन्हां नू एकदम ठीक ठाक हैप्पी बर्थडे मम्मी वंस अगेन सो मिलदे आ कल इक होर वधिया जिहे व्लॉग दे नाल बर्थडे व्लॉग ही आऊगा बिल्कुल जो कल करांगे तुहाडे नाल शेयर करांगे सो बाय बाय मिलदे आ कल सबसक्राइब करना ना भुलियो लाइक शेयर कमेंट करना ना भुलियो बाय